ਹਾਂਜੀ ਗਾਈਸ, ਕੀ ਹਾਲ ਚਾਲ ਨੇ? ਉਮੀਦ ਕਰਦਾ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਅਤੇ ਮੈਂ ਅੱਜ ਘਰ ਹੀ ਹੈਗਾ ਵਾਂ, ਅੱਜ ਕਿੱਥੇ ਨਹੀਂ ਗਏ, ਅੱਜ ਕੋਈ ਕੰਮ ਕਾਰ ਨਹੀਂ ਹੈਗਾ, ਸੰਡੇ ਕਰਕੇ ਆਪਣਾ ਮੰਡੇ ਹੈਗਾ ਅੱਜ। ਅਤੇ ਤੁਹਾਨੂੰ ਮੈਂ ਵਿਖਾਉਂਦਾ ਆਪਣਾ ਘਰ ਦੀ ਲੋਕੇਸ਼ਨ ਨਾਲ ਟਰੈਕਟਰ ਵੀ ਵਿਖਾਉਂਦਾ ਕਿੱਥੇ ਖਲੇਤੇ ਹੁੰਦੇ ਸਾਡੇ ਟਰੈਕਟਰ। ਆਹ ਚੈੱਕ ਕਰੋ, ਆਹ ਆਪਣਾ ਘਰ ਹੈਗਾ ਜੀ, ਅਤੇ ਆਹ ਟਰੈਕਟਰ ਖਲੋਤੇ ਆਪਣਾ, ਸਾਰਾ ਸੰਦ ਇੱਥੇ ਲੱਗਾ ਹੁੰਦਾ ਵਾ। ਆਹ ਸੋਨਾਲੀਕਾ ਖਲੋਤਾ ਵਾ, ਆਹ ਮੇਸੀ ਇੱਕ ਉਹ ਮਗਰ ਸੋਨਾਲੀਕਾ ਖਲੋਤਾ, ਆਹ ਵੇਖੋ 35 DI ਹੈਗਾ, ਇਹ ਆਪਣਾ ਸਵਰਾਜ 744 XT ਖਲੋਤਾ ਵਾ, ਅਤੇ ਉਹ ਟੈਂਕਰ ਖਲੋਤਾ ਆਪਣਾ, ਘਰ ਹੀ ਹੁੰਦਾ ਸਾਰਾ ਸੰਦ। ਅਤੇ ਆਹ ਟਰਾਲੀ ਹੈਗੀ ਆਪਣੀ, ਉਹ ਟੈਂਕਰ ਇੱਕ ਹੋਰ ਖਲੋਤਾ, ਉਹ ਦੋ ਟਰਾਲੀਆਂ ਹੋਰ ਖਲੋਤੀਆਂ ਆਪਣੀਆਂ, ਉਹ ਰੋਡ ਰੂਲਰ ਇੱਕ, ਉਹ ਮਹਿੰਦਰਾ ਖਲੋਤਾ ਆਪਣਾ। ਅਤੇ ਆਪਣੀ ਗੱਡੀ ਵਿਖਾਉਂਦਾ ਤੁਹਾਨੂੰ ਮੈਂ, ਆਹ ਗੱਡੀ ਖਲੋਤੀ ਆਪਣੀ ਡਸਟਰ UP ਨੰਬਰ, ਆਹ ਵੇਖੋ। ਅਤੇ ਇਹ ਆਪਣੀ ਗਲੀ ਆ, ਉਹ ਵੀਰ ਦਾ ਹੈਗਾ ਮੇਸੀ 10-35, ਇੱਕ ਉਹ ਅੱਗੇ ਚਾਚੇ ਦਾ ਖਲੋਤਾ ਵਾ, ਆਹ ਚਾਚੇ ਦਾ ਘਰ ਆ, ਆਹ ਆਪਣਾ ਘਰ ਜੇ, ਅਤੇ ਉਹ ਨਾਲ ਦਾ ਵੀ ਚਾਚੇ ਦਾ ਘਰ ਆ, ਉਹ ਅੱਗੇ ਭਈਏ ਦਾ ਘਰ ਹੈਗਾ ਇੱਕ, ਅਤੇ ਇੱਕ ਉਹ ਸੰਦ ਖਲੋਤਾ ਆਪਣਾ GSP, ਇੱਕ ਆਹ ਗੱਡੀ ਖਲੋਤੀ, ਇੱਕ ਆਹ ਗੱਡੀ ਹੈਗੀ ਨੌਵਾਂ ਜਿਹੜੀ ਢੱਕੀ ਆ, ਅਤੇ ਇਹ ਆਪਣਾ ਸਪਲੈਂਡਰ ਹੈਗਾ, ਅਤੇ ਦੂਜਾ ਸਪਲੈਂਡਰ ਆਪਣਾ ਗਿਆ ਕੰਮ 'ਤੇ। ਚਲੋ ਮਿਲਦੇ ਹਾਂ ਤੁਹਾਨੂੰ ਆਪਣੇ ਨੈਕਸਟ ਬਲੌਗ 'ਚ, ਅਤੇ ਚੈਨਲ ਨੂੰ, ਅਤੇ ਆਪਣੇ ਚੈਨਲ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਅਤੇ ਵੱਧ ਤੋਂ ਵੱਧ ਕਮੈਂਟ ਕਰਿਓ, ਅਤੇ ਹੋਰ ਵੀ ਇੱਦਾਂ ਦੀਆਂ ਟਰੈਕਟਰ ਵਾਲੀਆਂ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਿਓ। ਓਕੇ ਗਾਈਸ, ਬਾਏ, ਮਿਲਦੇ ਹਾਂ ਫਿਰ ਨੈਕਸਟ ਬਲੌਗ 'ਚ।